चत्तर गिल जिन्हें हाल ही च पत्नी का देहांत हो गया। परिवार के जिथे खुशियां आ रही सी तो खुशियां गमां दे विच तब्दील हो गई। इत्थे अज उन्हां दी अंतिम अरदास है उन्हां दी पत्नी दी, ते साडे नाल इत्थे मंगे माल पंजाबी गायक आए हुए ने उन्हां दे दुखां च। सर बहुत ही मदभागी घटना वापरी है, खुशियां दा माहौल सी घर दे विच ते एकदम ये दुख जिहड़े आ आ गए। ਵਾਹਿਗੁਰੂ ਇਦਾਂ ਦਾ ਕਦੀ ਕਿਸੇ ਨਾਲ ਨਾ ਹੋਵੇ। ਟੱਬਰਾਂ 'ਚ ਤੰਦਰੁਸਤੀਆਂ ਬਣਾ ਕੇ ਰੱਖੇ ਸੱਚੇ ਪਾਤਸ਼ਾਹ। ਮੇਰੀ ਤਾਂ ਛੋਟੀ ਭੈਣ ਸੀਗੀ ਅਤੇ ਬਹੁਤ ਤੇ ਮੁਹੱਬਤ ਪਿਆਰ, ਹੁਣ ਦਾ ਨਹੀਂ ਬੜੇ ਚਿਰਦਾ। ਬਹੁਤ ਦੁਖਦਾਈ ਘਟਨਾ, ਇਹਦੇ ਬਾਰੇ ਅਲਫਾਜ਼ ਹੈ ਨਹੀਂ ਕਿ ਕੀ ਕਹਿ ਸਕਦੇ ਹਾਂ। ਬੱਚਿਆਂ ਨੂੰ ਮਾਂ ਨਹੀਂ ਲੱਭਣੀ, ਸਾਡੇ ਭਰਾ ਨੂੰ ਜੀਵਨ ਸਾਥਣ ਨਹੀਂ ਲੱਭਣੀ, ਹਰ ਰਿਸ਼ਤੇ ਨੂੰ ਜਿੱਦਾਂ ਭੈਣਾਂ ਨੂੰ ਭੈਣ ਨਹੀਂ ਲੱਭਣੀ, ਭਰਾ ਨੂੰ ਭੈਣ ਨਹੀਂ ਲੱਭਣੀ, ਹਰ ਰਿਸ਼ਤੇ ਦੇ ਵੀ ਇੱਕ ਕਮੀ ਰੜਕਦੀ ਆ। ਦੇਖੋ ਇੱਕ ਉਮਰ ਹੁੰਦੀ ਆ, ਸਭ ਨੇ ਦੁਨੀਆਂ ਤੋਂ ਚਲੇ ਜਾਣਾ, ਅਸੀਂ ਵੀ ਚਲੇ ਜਾਣਾ, ਪਰ ਬੱਚੇ ਹਜੇ ਉਹਨਾਂ ਦੇ ਕਾਰਜ ਦੇਖਣੇ ਸੀਗੇ, ਬੇਟੀ ਦਾ ਬੇਟੇ ਦਾ। ਦੁੱਖਦਾਈ ਘਟਨਾ, ਮੈਂ ਬੋਲ ਨਹੀਂ ਸਕਦਾ। ਪਲੀਜ਼ ਮੰਗੇ ਮਾਲ ਇੱਥੇ ਪਹੁੰਚੇ ਨੇ ਜਿਨ੍ਹਾਂ ਨੇ ਪਰਿਵਾਰ ਦਾ ਹੌਸਲਾ ਵਧਾਉਣ ਲਈ ਇੱਥੇ ਆਏ ਨੇ। ਇਹ ਬਹੁਤ ਹੀ ਦੁੱਖਦਾਈ ਘਟਨਾ ਜਿੱਥੇ ਉਹਨਾਂ ਦੀ ਦੋ ਦਿਨ ਪਹਿਲਾਂ ਬੇਟੀ ਦਾ ਵਿਆਹ ਹੋਇਆ ਸੀ ਅਤੇ ਇੱਕ ਦਿਨ ਬਾਅਦ ਹੀ ਪੁੱਤਰ ਦਾ ਵਿਆਹ ਸੀ ਅਤੇ ਉਸ ਵਿੱਚ ਆਕਾਰ ਉਹਨਾਂ ਦੀ ਮੌਤ ਹੋ ਗਈ, ਜੋ ਪਰਿਵਾਰ ਲਈ ਦੁੱਖ ਨਾ ਚੱਲਣ ਵਾਲਾ। ਕੈਮਰਾਮੈਨ ਜਤਿਨ ਦੇ ਨਾਲ ਮੈਂ ਹਰਮਨ, ਦੈਨਿਕ ਸਵੇਰਾ ਟੀਵੀ।